रात जी 12 बजे है जाके कंध टप के जी सानू उठाया इन्होंने, तो बड़ा अफसर आके बार खोलने सार सानू कुटन मर गया जी। तीन जनों जी इन्हें कुटिया जाए, गाला कटिया भैन दियाँ बावान दियाँ, कंधा टप के गए, इन्हें शराब पीती हुई सी। ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਵੇਲੇ ਮਾਨਸਾ ਦੇ ਬੋਹਾ ਕਸਬੇ ਤੋਂ ਜਿੱਥੇ ਦੇ SHO ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਵੇਲੇ ਦੀ ਵੱਡੀ ਖਬਰ ਹੈ, ਮੇਰੀ ਸ਼ਿਕਾਇਤ ਦੇ ਆਧਾਰ ਤੇ ਬੀਤੀ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ SHO ਜਗਦੇਵ ਸਿੰਘ ਦਾਖਲ ਹੁੰਦੇ ਨੇ ਤੇ ਨਾਲ ਹੀ ਉਹਨਾਂ ਦੇ ਨਾਲ ਸੇਵਾਦਾਰਾਂ ਦੇ ਨਾਲ ਬਦਸਲੂਕੀ ਦੀ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ। ਬੀਤੀ ਰਾਤ ਗੁਰਦੁਆਰਾ ਸਾਹਿਬ ਦੇ ਵਿੱਚ ਉਹ किस तरीके दे नाल कंध टप के दाखल हुंदे ने ये तुसी आप ही देख सकते हो। CCTV वीडियोज़ भी सामने आ चुकिया ने। ते दूसरे पासे सेवादारां दे नाल उन्होंने किस तरीके दी बदसलूकी कीती है। बाहर गुरुद्वारा साहिब दे प्रदर्शन कर रही संगतां ने वड्डे खुलासे किते ने। रात जी 12 बजे है जाके कंध टप के जी सानू उठाया इन्होंने, दूजे जिहड़े आए सी नाले ने उन्होंने बार खलाया, तो बड़ा अफसर आके बार खोलने सार सानू कुटन मर गया जी। बिना कसूर तो कोई गलबात नहीं सानू दस्या नहीं, आ गल है तो सानू तीन जनों जी इन्हें कुटिया जाए, गाला कटिया भैन दियाँ बावान दियाँ। सानू कहना जी गुरु घर तो बाहर जाओ, तो चलो थाने जा। असी आख्या नहीं अभी थाने जाते, गुरु घर साडा सुनना है, भावें सानू बढ़ते इतने कुछ ही कर दो। तो सानू रात को कुटमार की है जी इन्होंने बिना कसूर तो। सानू जी कोई पता नहीं जी, सानू कोई गल का पता नहीं जी, सानू गल का पता होंगे फिर असी सारा कुछ करके देख लेने भाई आह गलबात आए पुलिस वाले। ठीक है, सानू बाबे जी ने जो आख्या भाई गुरु घर च रहना है, वह बाहर गए हुए थे ना, सानू बाबे ने दसा नहीं जी, सानू पता होंगे जी दस लेंगे जी। ठीक है, बाबे गए हुए थे बाहर, सानू कोई घटना का पता नहीं था। हाँ जी, रात 12 बजे तकरीबन पुलिस गई है जी, जाके पुलिस ने सेवादारा कुटिया है, कंधा टप के गए, इन्हें शराब पीती हुई सी, जाने जाके बहुत ज्यादा धमकाया उन्होंने, गुरु घर चो डकरन बारे भी डराबे दिते भी गुरु घर चो भाजो नहीं सानू चक के अंदर ला दे कर देंगे। ये साडे कोले जानी सारे प्रूफ ने, रिकॉर्डिंग भी है साडे कोले, कैमरियां दी भी है, मोबाइलां च भी रिकॉर्डिंग है, जो SHO ने गालां दित्तियां ते उन्होंने भद्दी सदा बुली बोली बहुत ज्यादा। ਦੂਜੇ ਪਾਸੇ ਜਿਹੜੀ ਇਹ ਸ਼ਿਕਾਇਤ ਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਵੱਲੋਂ DSP ਬੁਢਲਾਡਾ ਨੂੰ ਭੇਜੀ ਗਈ ਸੀ। ਸ਼ਿਕਾਇਤ ਦੇ ਆਧਾਰ ਦੇ ਉੱਤੇ ਵੱਡਾ ਐਕਸ਼ਨ ਪੁਲਿਸ ਅਧਿਕਾਰੀਆਂ ਦੇ ਵੱਲੋਂ ਪੁਲਿਸ ਵਾਲੇ 'ਤੇ ਲਿਆ ਗਿਆ, ਜੋ ਕਿ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਕਹੀ ਜਾ ਸਕਦੀ ਹੈ। ਅਤੇ ਸ਼ਿਕਾਇਤ ਦੇ ਤੱਥਾਂ ਦੇ ਆਧਾਰ 'ਤੇ ਫਿਲਹਾਲ ਅਜੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਹੋਰ ਵੀ ਤੱਥ ਸਾਹਮਣੇ ਆ ਜਾਂਦਾ ਹੈ ਤਾਂ ਉਹਨਾਂ 'ਤੇ ਵੀ ਕਾਰਵਾਈ ਜਲਦ ਤੋਂ ਜਲਦ ਕੀਤੀ ਜਾਵੇਗੀ। ਪਰ ਵੱਡੀ ਗੱਲ ਤਾਂ ਇਹ ਹੈ ਕਿ DSP ਬੁਢਲਾਡਾ ਨੇ ਇਹ ਵੱਡਾ ਐਕਸ਼ਨ ਲਿੱਤਾ ਸੰਗਤਾਂ ਦੀ ਸ਼ਿਕਾਇਤ 'ਤੇ ਕਿ ਜਿਹੜੇ SHO ਜਗਦੇਵ ਸਿੰਘ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੁੰਦੇ ਨੇ ਕਿਸ ਤਰੀਕੇ ਦੇ ਨਾਲ, ਅਤੇ ਉਹਨਾਂ ਤੋਂ ਬਾਅਦ ਸੇਵਾਦਾਰਾਂ ਦੇ ਨਾਲ ਉਹਨਾਂ ਦੇ ਵੱਲੋਂ ਬਦਸਲੂਕੀ ਕੀਤੀ ਜਾਂਦੀ ਹੈ, ਤਾਂ ਇੱਕ ਜਿਹੜੀ ਮਿਸਾਲ ਕਾਇਮ ਕੀਤੀ ਹੈ DSP ਬੁਢਲਾਡਾ ਨੇ ਵੱਡਾ ਐਕਸ਼ਨ ਲੈਂਦੇ ਹੋਏ SHO ਨੂੰ ਸਸਪੈਂਡ ਕਰ ਦਿੱਤਾ। ਮੈਂ ਨਾ ਥਾਣੇ ਬੋਹੇ ਪਹੁੰਚਿਆ, ਜਿੱਥੇ ਕੁਛ ਪਿੰਡ ਵਾਸੀ ਜਿਹੜੇ ਇੱਥੇ ਕਾਫੀ ਘੱਟ ਦੇ ਵਿੱਚ ਇੱਥੇ ਆਏ ਹੋਏ ਸੀਗੇ, ਅਤੇ ਵਿੱਚ ਕੁਛ ਲੇਡੀਜ਼ ਵੀ ਨੇ, ਜੋ ਗੁਰੂ ਘਰ ਦਾ ਪ੍ਰਧਾਨ ਸਾਹਿਬ ਭੂਰਾ ਸਿੰਘ, ਸਕੱਤਰ ਗੁਰਤੇਜ ਸਿੰਘ, ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁੱਖ ਅਫਸਰ ਥਾਣਾ ਬੋਹਾ ਹੈ ਉਹਦੇ ਵੱਲੋਂ ਜਿਹੜੀ ਹੈਗੀ ਹੈ ਵੀ ਗੁਰੂ ਘਰ 'ਚ ਰਾਤ ਨੂੰ ਗਿਆ ਉਹ, ਅਤੇ ਉਹਦੀ ਸ਼ਰਾਬ ਪੀਤੀ ਹੋਈ ਸੀ, ਅਤੇ ਜਿਹੜੇ ਨੇ ਉਹਦੀ ਜਿਹੜੀ ਰਿਕਾਰਡਿੰਗ ਹੈ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗਾਲਾਂ ਕੱਢ ਰਿਹਾ, ਅਤੇ ਜੋ ਮੈਨੂੰ ਇਹਨਾਂ ਨੇ ਪੜਤਾਲ ਵਾਸਤੇ ਐਪਲੀਕੇਸ਼ਨ ਦਿੱਤੀ ਹੈ ਤਾਂ ਮੈਂ ਉਹਨੂੰ ਹੱਥ ਲੈ ਲਿਆ, ਜੋ ਮੇਰੀ ਪੜਤਾਲ ਚੱਲ ਰਹੀ ਹੈ, ਦੌਰਾਨੇ ਪੜਤਾਲ ਜੋ ਕਾਰਵਾਈ ਬਣਦੀ ਹੈ ਕਾਨੂੰਨ ਦੇ ਅਕੋਰਡਿੰਗਲੀ ਉਹਨੂੰ ਕੀਤਾ। ਮਾਨਸਾ ਤੋਂ ਜਗਦੀਸ਼ ਬਾਂਸਲ ਦੇ ਨਾਲ ਚੜ੍ਹਦੀ ਕਲਾ ਟਾਈਮ TV ਬਿਊਰੋ ਰਿਪੋਰਟ।